ਓਏ ਆ ਕੌਣ ਆ ਗਿਆ, ਮੇਰੀ ਖੁੱਲ ਗਈ ਪਟੱਕ ਦੇਣੀ ਅੱਖ ਨੀ ਗਲੀ ਦੇ ਵਿੱਚੋਂ, ਕੌਣ ਲੰਘਿਆ ਏ, ਕੌਣ ਲੰਘਿਆ, ਇਹ ਪੰਡਤਾਂ ਦਾ ਮੁੰਡਾ ਏ, ਪੱਟੂ ਸੜਕਾਂ ਦੇ ਝਰਾਟ ਪਵਾਈ ਜਾਂਦਾ ਏ, ਟਾਇਰਾਂ ਦੇ ਪਰ ਖੱਚੇ ਉਡਾਈ ਜਾਂਦਾ ਏ, LT 1300 ਦਾ ਜਹਾਜ਼ ਬਣਾਈ ਜਾਂਦਾ ਏ, ਮਾੜੀ ਨੌਬਾਦ ਪਿੰਡ ਆ ਨੌਜਵਾਨ ਦਾ, ਇਹਨੂੰ ਪੰਡਿਤ ਮਾੜੀ ਵਾਲਾ ਕਹਿੰਦੇ ਆ, ਪੰਡਿਤ ਮਾੜੀ ਵਾਲਾ ਕਹਿੰਦੇ ਆ। ਇੱਧਰ ਕਹਿੰਦੇ ਬਾਬੇ ਬਕਾਲੇ ਪਿੰਡ ਵਾਲਾ ਗਿੰਦਰ 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 ਗਿੰਦਰ, ਓ ਜਾਂਦਾ ਪਤੰਦਰ ਨੂੰ ਚਾਈ ਵਾਲਾ ਏ, 500 ਟਨ ਦੀ XMG ਤੇ ਪਾਇਆ ਏ, ਕਹਿੰਦਾ ਪਾਣੀਪਤ ਜਾ ਕੇ ਸ਼ੈਡਾਊਨ ਲਾਉਣੀ ਆ, ਬਰਕਤ ਵਾਲਿਆਂ ਨੇ 8114 ਚ ਫੜਾਤੀ ਸੀ ਧੰਨਵਾਦ ਝਾਰਖੰਡ ਦੀ ਧਰਤੀ ਤੇ, ਉਦੋਂ ਤੋਂ 4 ਚੰਨ ਲਾਉਂਦਾ ਆ ਰਿਹਾ ਗੱਭਰੂ, ਪੂਰੇ 10 ਸਾਲ ਚਲਾਈ, ਹੁਣ XMG ਦੀ ਰੇਲ ਬਣਾਈ ਜਾਂਦਾ ਏ, 6 ਚ ਆ ਗਿਆ ਸੀ, 17 ਸਾਲਾਂ ਦਾ ਐਕਸਪੀਰੀਅੰਸ ਬੋਲਦਾ ਏ, ਵਾਹਿਗੁਰੂ ਚੜ੍ਹਦੀ ਕਲਾ ਕਰੇ ਮਾਣ ਮੱਤੇ ਗੱਭਰੂ ਦੇ। ਲਓ ਜੀ ਸ਼ੈੱਡ ਆਉਣ ਤੋਂ ਚੇਤੇ ਆਇਆ, ਬਲਵੰਤ ਫਕੀਰ ਚੰਦ ਦੀ 700 ਟਨ ਵਾਲੀ ਟਰੈਕਸ ਨਾਲ ਰਾਜਸਥਾਨ ਚ ਵਰਦੀ ਮਾਰ ਕੇ ਆਇਆ ਏ, ਉਹ ਵੀ ਪਾਣੀਪਤ ਆ ਕੇ ਬਹਿ ਗਿਆ, ਕਹਿੰਦਾ ਮਾਣ ਸਨਮਾਨ ਕਰਾ ਕੇ ਜਾਵਾਂਗੇ, ਪਿਛਲੀ ਵਾਰੀ ਥੋੜੀ ਜਿਹੀ ਕਸਰ ਰਹਿ ਗਈ ਸੀ, ਹੁਣ ਉਹ ਵੀ ਕਸਰਾਂ ਪੂਰੀਆਂ ਕਰਕੇ ਜਾਵਾਂਗੇ, ਇਹਦੇ ਤੋਂ ਬਾਅਦ ਅੰਮ੍ਰਿਤਸਰ ਵਰਦੀ ਮਾਰਨੀ ਆ, 70 ਟਨ ਦੇ ਸੈਲੋ ਨੂੰ ਜੱਫੇ ਪੈਣਗੇ, ਜੋਬ ਨੂੰ ਜੱਫੇ ਪੈਣਗੇ। ਕਹਿੰਦਾ ਝਾਮਕਿਆਂ ਵਾਲਿਆ, ਐਤਕੀ ਜੀਓ ਵਾਲੇ ਵਾਲੀ ਮੰਡੀ ਚ ਕਰੇਨ ਡੱਕਣੀ ਹੈ, ਪਿੰਡ ਵਾਲਿਆਂ ਨੂੰ ਪਤਾ ਲੱਗ ਜੇ ਕਿ ਗੱਭਰੂ ਕੀ ਚਲਾਉਂਦਾ, ਗੱਭਰੂ ਕੀ ਚਲਾਉਂਦਾ। ਇੱਧਰ ਕਹਿੰਦੇ ਗੁਰਸੇਵ ਕਨੂਰ ਵਾਲੇ ਪਿੰਡ ਤੋਂ ਖੇਮਕਰਨ ਬਾਰਡਰ ਦੇ ਕੋਲੇ ਪਿੰਡ ਆ ਨੌਜਵਾਨ ਦਾ, ਇਹ ਕਹਿੰਦੇ ਝਾਮਕਿਆਂ ਵਾਲੇ ਦੇ ਉਸਤਾਦ ਦਾ ਉਸਤਾਦ ਏ, ਜਾਣੀ ਕਿ ਉਹਦਾ ਦਾਦਾ ਉਸਤਾਦ ਏ, ਕਰਨਾਟਕਾ ਦੇ ਵਿੱਚ ਬੜੀਆਂ ਮੱਲਾਂ ਮਾਰੀਆਂ ਨੇ, 2 ਸਾਲ ਨਜੀਰੀਆ 'ਚ ਲਾਏ ਨੇ ਡੰਗੋਟੇ ਰਿਫਾਇਨਰੀ 'ਚ, ਕਹਿੰਦੇ ਹਿਮਾਚਲ ਦੇ ਪਹਾੜਾਂ 'ਚ ਵੀ ਕਰੇਨ ਚਲਾਈ ਆ, 5 ਤੋਂ ਲੈ ਕੇ 24 ਤੱਕ ਦਾ 18 ਸਾਲਾਂ ਦਾ ਤਜਰਬਾ ਬੋਲਦਾ ਏ। ਮਿੱਤਰਾਂ ਨੂੰ ਬੋਲਣੇ ਦੀ ਲੋੜ ਕੋਈ ਨਾ, ਸਾਡੇ ਬੱਲਿਆ ਰਿਕਾਰਡ ਬੋਲਦੇ, ਸਾਡੇ ਬੱਲਿਆ ਰਿਕਾਰਡ ਬੋਲਦੇ। ਆਹ ਕੌਣ ਤੁਰਿਆ ਆਉਂਦਾ ਏ, ਆ ਭੁਲੇਖਾ ਵਾਲਗੋਂ ਕੋਠੀ ਵਾਲੇ ਜਸਵੀਰ ਦਾ ਪੈਂਦਾ ਏ, ਭੁਲੇਖਾ ਨਹੀਂ ਇਹ ਤਾਂ ਜਸਵੀਰ ਹੀ ਤੁਰਿਆ ਆਉਂਦਾ ਏ, ਕਹਿੰਦੇ ਝਾਮਕਿਆਂ ਵਾਲੇ ਦਾ ਉਸਤਾਦ ਤੁਰਿਆ ਆਉਂਦਾ ਏ। ਇਹਦੀ ਸਾਊਥ ਵਾਲੇ ਰੇਡੀ ਨਾਲ ਪੱਕੀ ਯਾਰੀ ਏ, ਇੱਕ ਪਾਸੇ ਨੌਰਥ ਦਾ ਪੰਜਾਬੀ ਗੱਭਰੂ ਤੇ ਦੂਜੇ ਪਾਸੇ ਸਾਊਥ ਦਾ ਅੰਨਾ ਏ, ਇੱਕ ਗੱਲ ਤਾਂ ਪੱਕੀ ਏ, ਜਦੋਂ ਕਿਤੇ ਲੋਕਲ ਵਰਦੀ ਵੱਜਦੀ ਆ ਰੇਡੀ ਨੋਟਾਂ ਦਾ ਮੀਂਹ ਵਰਾ ਦਿੰਦਾ ਏ, ਕਹਿੰਦੇ ਰਿਸਕ ਲੈਣ ਤੋਂ ਗੱਭਰੂ ਡਰਦਾ ਨਾ, ਮਸ਼ੀਨ ਇੰਨੀ ਕੁ ਤਾਂ ਨੂੰ ਚੁੱਕ ਦਿੰਦਾ ਏ, ਭਾਵੇਂ ਥੱਲਿਓਂ ਦੀ ਟਰਾਲਾ ਕੱਢ ਲਓ, ਦੁਨੀਆ ਖੜਖੜ ਵਹਿੰਦੀ ਏ। ਸੁਣਿਆ ਮਾਊਂਟੇਨ ਡਿਊ ਵਾਲਿਆਂ ਨੇ ਅਕਸ਼ੇ ਕੁਮਾਰ ਤੋਂ ਪਹਿਲਾਂ ਆਫਰ ਇਹਨੂੰ ਦਿੱਤੀ ਸੀ, ਕਹਿੰਦੇ ਜਿਹੜੇ ਕੰਮ ਤੂੰ ਕਰਦਾ ਹੈਗੇ ਭਾਵੇਂ ਰਿਸਕੀ ਆ, ਪਰ ਸਾਨੂੰ ਲੱਗੇ ਠੀਕ ਏ, ਆਲੇ ਫੜ ਮਾਊਂਟੇਨ ਡਿਊ ਪੀ, ਕਿਉਂਕਿ ਡਰ ਕੇ ਆਗੇ ਜੀਤ ਹੈ, ਡਰ ਕੇ ਆਗੇ ਜੀਤ ਹੈ। ਉਧਰ ਕਹਿੰਦੇ ਦਲਜੀਤ ਧੁਨਾ ਵਾਲੇ ਨੇ ਵੀ ਪੂਰੀ ਅੱਤ ਕਰਾ ਛੱਡੀ ਆ, ਬਾਲ ਰਾਜੂ ਦੇ ਨਾਲ ਮਿਲ ਕੇ ਫਲਕੇ ਵਾਧੂ ਮਾਰੇ ਆ, ਐਵੇਂ ਨੀ ਪਈਆਂ ਕੋਠੀਆਂ ਤੇ ਛੱਤਲੇ ਚਵਾਰੇ ਆ, 2 ਸਾਲ ਇਹਨੇ ਵੀ ਕਤਰ ਚਲਾਏ ਆ, ਸਾਲ ਕੁ ਏਜੰਟੀ ਵੀ ਕਰ ਛੱਡੀ ਆ, ਬੰਦੇ ਬਾਹਰ ਭੇਜਦਾ ਸੀ, ਮੋਟੇ ਨੋਟ ਕਮਾਏ ਆ, ਘਰੇ ਸੰਦਾਂ ਨਾਲ ਵਿਹੜਾ ਭਰਤਾ, ਹੁਣ ਖੇਤੀ ਦਾ ਸ਼ੌਂਕ ਜਾਗਿਆ ਏ, ਸਵਰਾਜ ਦੇ ਨਾਲ ਨਾਲ 2 ਕੰਬਾਈਨਾਂ ਖੜੀਆਂ ਕਰਤੀਆਂ, ਹੁਣ ਕੰਪਿਊਟਰ ਕਿਰਾਇਆ ਖਰੀਦਣਾ ਏ, ਕਹਿੰਦਾ ਅਜੇ ਕਿਸੇ ਨੂੰ ਦੱਸੀ ਨਾ, ਪਿੰਡ ਵਾਲਿਆਂ ਨੂੰ ਦੰਦਲਾਂ ਪੈਣੀਆਂ, 600 ਕਿੱਲਾ ਕਣਕ ਵੱਢਣੀ, ਵਿਸ਼ਾਲ ਕੰਬਾਈਨ ਤੇ ਜੱਸੀ ਨਾ, ਵਿਸ਼ਾਲ ਕੰਬਾਈਨ ਤੇ ਜੱਸੀ ਨਾ। ਉਹ ਸਾਧਾ ਸੂਧਾ ਕੋਲੇ ਨਹੀਂ, ਉਹ ਚੌਂਕੀ ਲਾ ਕੇ ਗਿਆ ਯਾਰ ਤੇਰਾ ਡੌਂਕੀ ਲਾ ਕੇ ਗਿਆ, ਡੌਂਕੀ ਲਾ ਕੇ ਗਿਆ, ਡੌਂਕੀ ਸੌਖੀ ਨਹੀਂ ਉਹ ਲੱਗਦੀ, ਡੌਂਕੀ ਲਾਉਣ ਵਾਸਤੇ ਅੱਧਾ ਖੋਖਾ ਨੋਟ ਇਕੱਠੇ ਕਰਨੇ ਪੈਂਦੇ ਆ,
ਫਿਰ ਕਿਤੇ ਡੌਂਕੀ ਲੱਗਦੀ ਆ। ਗੱਭਰੂ ਨੇ ਸਟਰਗਲ ਬਹੁਤ ਕੀਤੀ ਆ, ਮਿਹਨਤ ਬਹੁਤ ਕੀਤੀ ਆ, ਖਾਸੇ ਨੋਟ ਲੱਗੇ ਆ। 3 ਮਹੀਨੇ ਲਾ ਕੇ ਪਨਾਮਾ ਦੇ ਜੰਗਲਾਂ ਵਿੱਚ ਦੀ, ਫਿਰ ਕਿਤੇ ਜਾ ਕੇ ਮੈਕਸੀਕੋ ਵਾਲੀ ਕੰਧ ਟੱਪੀ ਆ। ਅਕਾਲ ਪੁਰਖ ਦੀ ਅਪਾਰ ਕਿਰਪਾ ਹੋਈ ਆ, 3 ਸਾਲਾਂ ਵਿੱਚ ਪੱਕਾ ਵੀ ਹੋ ਗਿਆ, ਆਪਣੇ ਭਰਾ ਭਤੀਜੇ ਤੇ ਪਰਿਵਾਰ ਨੂੰ ਵੀ ਨਾਲ ਹੀ ਲੈ ਗਿਆ। ਮੈਂ ਗੱਲ ਬੰਟੀ ਦੀ ਕੀਤੀ ਆ, ਬੰਟੀ ਪ੍ਰਗਟ ਦੀ ਸਗੀ ਮਾਸੀ ਦਾ ਮੁੰਡਾ ਏ, ਬਥੇਰਾ ਟਾਈਮ ਕਰੇਨ ਚਲਾਈਏ ਤੇ ਅੱਜ ਕੈਲੀਫੋਰਨੀਆ ਚ ਬੈਠਾ ਏ, ਯੂਪੀ ਦੇ ਵਿੱਚ ਪਿਲੀ ਪੀਤ ਪਿੰਡ ਆ ਨੌਜਵਾਨ ਦਾ। ਲਓ ਵੀ ਅਗਲੀ ਕਰੇਨ ਵੱਲ ਵੱਧਦੇ ਹੋਏ, ਇਹ ਜਰਮਨ ਦੀ ਕਰੇਨ, ਇੱਕ ਪਾਸੇ ਕੋਟ ਖੈਰੇ ਦਾ ਜਰਮਨ ਤੇ ਦੂਜੇ ਪਾਸੇ ਮੱਲੀਆਂ ਪਿੰਡ ਦਾ ਸੁੱਖ। ਕਹਿੰਦੇ ਇਹ ਢਾਬਸਰ ਵਾਲੇ ਬਾਬੇ ਸ਼ਹੀਦ ਦਾ ਚੇਲਾ ਏ, ਇੱਧਰ ਪੈ ਗਿਆ ਪੇਚਾ, ਕੁੰਡੀਆਂ ਦੇ ਫਸ ਗਿਆ ਸਿੰਘ, ਅੱਜ ਖਾਧਿਆਂ ਵੜੇਵਿਆਂ ਦਾ ਪਤਾ ਲੱਗ ਜੂ ਕਿ ਬਾਜੀ ਕੌਣ ਜਿੱਤਦਾ। ਏ ਓ ਨੰਬਰ ਕੋਟ ਖੈਰੇ ਵਾਲੇ ਜਰਮਨ ਦੇ ਹਿੱਸੇ ਜਾ ਜੁੜਿਆ ਏ। ਇੱਧਰ ਕਹਿੰਦੇ ਸਤਨਾਮ ਅਕਸ਼ੇ ਕਾਰਗੋ ਦੀ 665 ਨਾਲ ਰੀਲਾਂ ਪਾਈ ਜਾਂਦਾ ਏ, 665 ਨਾਲ ਰੀਲਾਂ ਪਾਈ ਜਾਂਦਾ ਏ, ਕਦੇ ਫਲਾਈ ਜੀ ਵੀ ਲਾ ਲੈਂਦਾ ਏ, ਕਦੇ ਲਾ ਲੈਂਦਾ ਏ, ਮਸ਼ੀਨ ਦੇ ਨਾਲ ਚੋਲ ਮੋਲ ਕਰੀ ਜਾਂਦਾ ਏ। ਪੂਰੇ 8 ਸਾਲ ਹੋ ਗਏ ਆ, ਨਾ ਅਕਸ਼ੇ ਨੇ ਇਹਨੂੰ ਵੇਖਿਆ, ਨਾ ਇਹਨੇ ਅਕਸ਼ੇ ਨੂੰ ਵੇਖਿਆ, ਅਕਸ਼ੇ ਨੂੰ ਯਕੀਨ ਹੀ ਵਾਲਾ ਏ। ਕਹਿੰਦਾ ਸੱਤਿਆ ਤੂੰ ਮੇਰਾ ਵੱਡਾ ਭਾਈ ਹੈ, ਸੱਤਿਆ ਮੀਰੂ ਪੈਦਨ ਨਈਆ, ਇਹ ਤੇਲਗੂ ਦਾ ਵਰਡ ਹੈ, ਸੱਤਿਆ ਮੀਰੂ ਪੈਦਨ ਨਈਆ, ਨੀਤਾਂ ਰੱਖੀਆਂ ਨੇ ਸਾਫ ਜਿਨ੍ਹਾਂ ਨੇ, ਗੁੱਡੀ ਅੰਬਰਾਂ ਦੇ ਉਹਦੀ ਹੁੰਦੀ ਏ, ਤੂੰ ਖਿੱਚੀ ਚੱਲ ਕੰਮ ਝੋਟਿਆ, ਬੜੀ ਦੁਨੀਆਂ ਡਰਾਉਂਦੀ ਹੁੰਦੀ ਏ, ਬੜੀ ਦੁਨੀਆਂ ਡਰਾਉਂਦੀ ਹੁੰਦੀ ਏ। ਇਹ ਕਹਿੰਦੇ ਝਾਮਕਿਆਂ ਵਾਲੇ ਦਾ ਵੱਡਾ ਬਾਈ ਏ, ਝਾਮਕਿਆਂ ਵਾਲੇ ਦਾ ਵੱਡਾ ਬਾਈ ਏ। ਲਓ ਵੀ ਜੱਸੇ ਨੇ ਵੀ ਤਿਆਰੀ ਖਿੱਚ ਲਈ ਆ, ਹੁਣ ਜੱਸੇ ਤੇ ਵਿੱਕੀ ਦੀਆਂ ਰੇਸਾਂ ਲੱਗਣਗੀਆਂ, ਗਾਡਰਾਂ ਦੇ ਨੇਰ ਬੰਨਣੇ ਆ, ਪੀਲੇ ਪੀਲੇ ਗਾਂਧੀ ਵਾਲੇ ਨੋਟ ਬਿੱਲੋ ਕੁੱਟਦੇ ਆ ਨਿਗਾਹ। ਕਹਿੰਦਾ ਰੱਖੀ ਨਹੀਂ ਉਹ ਕਦੇ ਆਪਾਂ ਚਿੱਲਰਾਂ ਤੇ, ਬੰਬਿਓਂ ਅਸਾਮ ਤੱਕ ਕੰਮ ਸਾਡੇ ਚੱਲਦੇ ਆ, ਗਾਡਰਾਂ ਨੂੰ ਮਾਰਦੇ ਭਵਾ ਕੇ ਅਸੀਂ ਪਿੱਲਰਾਂ ਤੇ, ਗਾਡਰਾਂ ਨੂੰ ਮਾਰਦੇ ਭਵਾ ਕੇ ਅਸੀਂ ਪਿੱਲਰਾਂ ਤੇ, ਮਸ਼ੀਨਾਂ ਉੱਤੇ ਦਿਨ ਸਾਡੇ ਤੀਆਂ ਵਾਂਗੂ ਲੰਘਦੇ ਆ, ਸਾਡਾ ਘਰ ਵਿੱਚ ਇੱਕ ਵੀ ਨਹੀਂ ਪਹਿਰ ਲੰਘਦਾ, ਸਾਡੀਆਂ ਮਸ਼ੀਨਾਂ ਨੇ ਬਣਾਏ ਉਹ ਪੁਲ। ਕਹਿੰਦਾ ਜਿਨ੍ਹਾਂ ਉੱਤੋਂ ਬਿੱਲੋ ਤੇਰਾ ਸ਼ਹਿਰ ਲੰਘਦਾ, ਜਿਨ੍ਹਾਂ ਉੱਤੋਂ ਤੇਰਾ ਸਾਰਾ ਸ਼ਹਿਰ ਲੰਘਦਾ। ਗੱਲਾਂ ਬਿਲਕੁਲ ਸੱਚੀਆਂ ਨੇ, ਜਿਹਦੇ ਉੱਤੋਂ ਭਾਰਤ ਦੀ 135 ਕਰੋੜ ਦੀ ਆਬਾਦੀ ਲੰਘਦੀ ਆ, ਉਹ ਪੁਲ ਸਾਡੇ ਹੀ ਬਣਾਏ ਹੋਏ ਆ। ਲਓ ਵੀ ਇਹਦੇ ਨਾਲ ਹੀ ਸਮਾਪਤੀ ਕਰਦੇ ਹਾਂ, ਜਿਹੜੇ ਵੀਰਾਂ ਦੇ ਨਾਂ ਬੋਲੇ ਗਏ ਆ ਉਹ ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ ਜਿਨ੍ਹਾਂ ਦੇ ਰਹਿੰਦੇ ਆ ਉਹ ਕਮੈਂਟਾਂ ਵਿੱਚ ਵੀ ਦੱਸਿਓ, ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਉਹਨਾਂ ਦੇ ਅਗਲੀ ਵੀਡੀਓ ਵਿੱਚ ਬੋਲਾਂਗੇ। ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਕਰੇਨ ਮਾਫੀਆ ਵਾਲਿਓ ਸੱਚੇ ਦਿਲੋਂ ਦੱਸਿਓ, ਸਵਾਦ ਆਇਆ ਕਿ ਨਹੀਂ ਆਇਆ? ਅਗਲੀ ਵੀਡੀਓ ਜਦੋਂ ਵੀ ਵੱਧ ਆਊਗਾ।